ਦੋਸਤੋ, ਜ਼ਿਆਦਾਤਰ ਦੇਸ਼ਾਂ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਕਈ ਕਾਨੂੰਨ ਹਨ। ਇਸ ਵਿੱਚ ਟ੍ਰੈਫਿਕ ਨਿਯਮਾਂ ਸਮੇਤ ਵਾਹਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਲਾਗੂ ਹੋਣ ਵਾਲੇ ਨਿਯਮ ਸ਼ਾਮਲ ਹਨ। ਸੜਕ ਦੇ ਚੱਲਦੇ ਸਮੇਂ, ਖਾਸ ਕਰਕੇ ਰਾਤ ਨੂੰ, ਤੁਸੀਂ ਦੇਖਿਆ ਹੋਵੇਗਾ ਕਿ ਸੜਕ ਦੇ ਕਿਨਾਰੇ ਪੀਲੀਆਂ ਜਾਂ ਰੈੱਡ ਬਲੈਕਿੰਗ ਲਾਈਟਾਂ ਲੱਗੀਆਂ ਹੁੰਦੀਆਂ ਹਨ। ਇਹਨਾਂ ਲਾਈਟਾਂ ਨੂੰ ਸਟੈਡ ਰਿਫਲੈਕਟਰ ਵੀ ਕਿਹਾ ਜਾਂਦਾ ਹੈ। ਇਹਨਾਂ ਲਾਈਟਾਂ ਰਾਹੀਂ ਹੀ ਰਾਤ ਨੂੰ ਗੱਡੀ ਚਲਾਉਣ ਵਾਲੇ ਡਰਾਈਵਰ ਨੂੰ ਸੜਕ ਬਾਰੇ ਜਾਣਕਾਰੀ ਮਿਲਦੀ ਹੈ। ਜਦੋਂ ਵੀ ਤੁਸੀਂ ਵਾਹਨ ਲੈ ਕੇ ਸੜਕ 'ਤੇ ਨਿਕਲਦੇ ਹੋ ਤਾਂ ਤੁਸੀਂ ਕੁਝ ਥਾਵਾਂ 'ਤੇ ਸੜਕ ਦੀ ਪੱਟੀ 'ਤੇ ਕੁਝ ਪੀਲੇ ਜਾਂ ਲਾਲ ਰੰਗ ਦੇ ਪਲਾਸਟਿਕ ਦਾ ਕੁਝ ਲੱਗਿਆ ਜ਼ਰੂਰ ਦੇਖਿਆ ਹੋਵੇਗਾ। ਅਸਲ ਵਿੱਚ ਇਹਨਾਂ ਨੂੰ ਸਟੈਡ ਰਿਫਲੈਕਟਰ ਇੱਕ ਲਾਈਟ ਕਿਹਾ ਜਾਂਦਾ ਹੈ। ਇਹ ਰਿਫਲੈਕਟਰ ਦੀ ਅਸਲ ਵਰਤੋਂ ਰਾਤ ਨੂੰ ਹੁੰਦੀ ਹੈ, ਜਦੋਂ ਕਿ ਧੁੰਦ ਦੌਰਾਨ ਸੜਕ ਦੀ ਹੱਦ ਦਾ ਪਤਾ ਲਗਾਉਣ ਲਈ ਲੋਕ ਚਿੱਟੀ ਪੱਟੀ ਅਤੇ ਇਸ ਰਿਫਲੈਕਟਰ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਰਿਫਲੈਕਟਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਨੂੰ ਐਕਟਿਵ ਰਿਫਲੈਕਟਰ ਕਿਹਾ ਜਾਂਦਾ ਹੈ ਅਤੇ ਦੂਸਰੇ ਨੂੰ ਪੈਸਿਵ ਰਿਫਲੈਕਟਰ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਰਿਫਲੈਕਟਰ 'ਚ ਰੇਡੀਅਮ ਕਾਰਨ ਹੀ ਰੋਸ਼ਨੀ ਨਜ਼ਰ ਆਉਂਦੀ ਹੈ, ਜਦਕਿ ਦੂਸਰੇ 'ਚ ਰੋਸ਼ਨੀ ਲਈ LED ਲੱਗੀ ਹੁੰਦੀ ਹੈ। ਗੱਲ ਕਰਦੇ ਹਾਂ ਪੈਸਿਵ ਰਿਫਲੈਕਟਰ ਦੀ। ਪੈਸਿਵ ਰਿਫਲੈਕਟਰ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਰੇਡੀਅਮ ਹੁੰਦਾ ਹੈ। ਇਹਨਾਂ ਰਿਫਲੈਕਟਰਾਂ ਦੇ ਦੋਨੇ ਪਾਸੇ ਰੇਡੀਅਮ ਦੀਆਂ ਪੱਟੀਆਂ ਹੁੰਦੀਆਂ ਹਨ ਅਤੇ ਜਦੋਂ ਹਨੇਰੇ ਵਿੱਚ ਇਹਨਾਂ 'ਤੇ ਵਾਹਨਾਂ ਦੀ ਕੋਈ ਲਾਈਟ ਪੈਂਦੀ ਹੈ ਤਾਂ ਇਹ ਆਪਣੇ ਆਪ ਚਮਕਦੇ ਹਨ, ਪਰ ਇਸ ਵਿੱਚ ਕੋਈ ਵੀ ਲਾਈਟ ਨਹੀਂ ਹੁੰਦੀ। ਇਹ ਬਿਨਾਂ ਬਿਜਲੀ ਜਾਂ ਬਿਨਾਂ ਤਾਰ ਦੇ ਹੀ ਕੰਮ ਕਰਦੇ ਹਨ। ਗੱਲ ਕਰਦੇ ਹਾਂ ਐਕਟਿਵ ਰਿਫਲੈਕਟਰ ਦੀ। ਦੋਸਤੋ, ਇਹ ਰਿਫਲੈਕਟਰ ਉਹ ਲਾਈਟਾਂ ਹਨ ਜਿਨ੍ਹਾਂ ਵਿੱਚ LED ਹੁੰਦੇ ਹਨ। ਇਹ ਰਾਤ ਨੂੰ ਆਪਣੇ ਆਪ ਚੱਲ ਜਾਂਦੀਆਂ ਹਨ, ਇਸ ਦੇ ਨਾਲ ਹੀ ਇਹ ਦਿਨ ਵੇਲੇ ਆਪਣੇ ਆਪ ਹੀ ਬੰਦ ਹੋ ਜਾਂਦੀਆਂ ਹਨ। ਗੱਲ ਕਰਦੇ ਹਾਂ ਇਹਨਾਂ ਦੀ ਕੀਮਤ ਦੀ, ਤਾਂ ਤੁਹਾਨੂੰ ਦੱਸ ਦਈਏ ਕਿ ਲਾਈਟ ਬਾਜ਼ਾਰ ਵਿੱਚ ਵੱਖ ਵੱਖ ਕੀਮਤਾਂ ਦੇ ਰਿਫਲੈਕਟਰ ਉਪਲਬਧ ਹਨ। ਦਰਅਸਲ ਸੜਕਾਂ 'ਤੇ ਦਿਖਾਈ ਦੇਣ ਵਾਲੀਆਂ ਇਹ ਲਾਈਟਾਂ ਸਸਤੀਆਂ ਲੱਗਦੀਆਂ ਹਨ, ਪਰ ਇਹ ਆਪਣੀ ਗੁਣਵੱਤਾ ਅਤੇ ਮਜ਼ਬੂਤੀ ਦੇ ਆਧਾਰ 'ਤੇ ਬਾਜ਼ਾਰ ਵਿੱਚ ਮੌਜੂਦ ਹਨ। ਆਮ ਜਾਣਕਾਰੀ ਦੇ ਅਨੁਸਾਰ ਬਾਜ਼ਾਰ ਵਿੱਚ ਇੱਕ ਰਿਫਲੈਕਟਰ ਦੀ ਕੀਮਤ 300 ਤੋਂ ਸ਼ੁਰੂ ਹੋ ਕੇ 1100 ਰੁਪਏ ਤੱਕ ਹੁੰਦੀ ਹੈ। ਹਾਲਾਂਕਿ ਕੀਮਤ ਵਿੱਚ ਅੰਤਰ ਰਿਫਲੈਕਟਰਾਂ ਦੀ ਰੋਸ਼ਨੀ ਅਤੇ ਇਸ ਦੀ ਤਾਸ 'ਤੇ ਨਿਰਭਰ ਕਰਦਾ ਹੈ।